संजीवनी अस्पताल बाल एवं शिशु रोग, जनरल सर्जरी, प्लास्टिक सर्जरी, न्यूरो सर्जरी, नेत्र रोग, फिजियोथेरेपी, स्त्री एवं प्रसूति रोग, हृदय एवं शुगर रोग, हड्डी एवं जोड़ रोग, कार्डियोलॉजी, दंत रोग, इमरजेंसी चिकित्सक सुविधाओं में एक भरोसेमंद नाम है। ICU, NICU, कैथ लैब, एयर ट्रांसप्लांट, प्राइवेट कमरे, यूरोलॉजी। आयुष्मान भारत, हरियाणा सरकार और रिटायर्ड फौजी भाइयों के इलाज, इंश्योरेंस और TPA पैनल पर सभी सुविधाएं उपलब्ध। पूछताछ मोबाइल नंबर 7027566691। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਜਿਹੜੀ 32 ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੋਈ ਆ, ਉਹਦੇ ਵਿੱਚ ਜਿਹੜੇ ਅਸੀਂ ਸੰਸਦ ਵੱਲੋਂ ਦੋ ਜਥੇ ਤਾਂ ਪਹਿਲਾਂ ਜਾ ਚੁੱਕੇ ਨੇ, ਕੱਲ ਨੂੰ ਬੀਬੀਆਂ ਦਾ ਜਥਾ, 200 ਬੀਬੀਆਂ ਦਾ ਜਥਾ ਇੱਥੋਂ ਸਵੇਰੇ ਚੱਲੂਗਾ। ਤੇ ਉਹਦੇ ਵਿੱਚ ਇੱਕ ਜਿਹੜਾ ਫੈਸਲਾ ਹੋਇਆ ਸਰਦਾਰ ਰਣਦੂ ਸਿੰਘ ਜੀ ਮਾਨਸਾ ਬਾਰੇ, ਜਿਨ੍ਹਾਂ ਨੇ 21 ਤਰੀਕ ਨੂੰ ਸਟੇਜ 'ਤੇ ਇੱਕ ਭੜਕਾਊ ਭਾਸ਼ਣ ਦਿੱਤਾ ਸੀ, ਸਿੱਖਾਂ ਅਤੇ ਸ਼ਹੀਦਾਂ ਦੇ ਬਰਖਲਾ ਬੋਲੇ ਸੀ। ਇਸ ਕਰਕੇ ਉਹਨਾਂ ਨੂੰ ਬਰਖਲਾ ਬੋਲਣ ਬਦਲੇ 15 ਦਿਨ ਲਈ ਸਸਪੈਂਡ ਕਰ ਦਿੱਤਾ ਗਿਆ। ਉਹ 15 ਦਿਨ ਕੋਈ ਸਟੇਜ ਨਹੀਂ ਸਾਂਝੀ ਕਰਨਗੇ, ਕੋਈ PC ਨਹੀਂ ਕਰਨਗੇ ਅਤੇ 15 ਦਿਨ ਨਾ ਕਿਸੇ ਮੀਟਿੰਗ ਅਟੈਂਡ ਕਰਨਗੇ। ਇਹ 32 ਜਥੇਬੰਦੀਆਂ ਦਾ ਫੈਸਲਾ ਅਤੇ ਨਾ ਉਹ ਕੋਈ ਕਿਸੇ ਨੂੰ ਚੈਨਲ ਨੂੰ ਵਾਈਟ ਦੇਣਗੇ। ਇਹ ਅੱਜ ਜਿਹੜਾ 32 ਜਥੇਬੰਦੀਆਂ ਤੋਂ ਦਾ ਫੈਸਲਾ ਕੀਤਾ ਗਿਆ। ਹੁਣ ਜਗਜੀਤ ਸਿੰਘ ਜੀ ਡੱਲੇਵਾਲ, ਜਿਹੜੇ ਸੰਯੁਕਤ ਮੋਰਚੇ ਦੀ ਪ੍ਰਧਾਨਗੀ ਕੀਤੀ ਆ, ਉਹ ਦੱਸਣਗੇ। ਦੋਸਤੋ, ਨਾਲ ਦੀ ਨਾਲ ਭਾਵੇਂ ਮੈਂ ਸੰਯੁਕਤ ਮੋਰਚੇ ਵੱਲੋਂ ਪ੍ਰਧਾਨਗੀ ਕੀਤੀ ਆ, ਤਾਂ ਮੈਂ 32 ਮੈਂਬਰੀ ਸਾਡੀ ਜਿਹੜੀ ਜਥੇਬੰਦੀਆਂ ਦੀ ਮੀਟਿੰਗ ਹੋਈ ਆ, ਮੈਂ ਉਹਦੇ ਵਿੱਚ ਵੀ ਸੀ ਔਰ ਉਹਦਾ ਮੈਂਬਰ ਸੀ। ਜੋ ਲੱਖੋਵਾਲ ਸਾਹਿਬ ਨੇ ਗੱਲ ਕਹੀ ਹੈ ਰਣਦੂ ਸਿੰਘ ਮਾਨਸਾ ਜੀ ਬਾਰੇ, ਉਹ ਅਸੀਂ ਸਾਰਿਆਂ ਨੇ 32 ਦੀਆਂ 32 ਜਥੇਬੰਦੀਆਂ ਨੇ ਇਹ ਮਹਿਸੂਸ ਕੀਤਾ ਹੈ ਕਿ ਸਰਦਾਰ ਰਣਦੂ ਸਿੰਘ ਮਾਨਸਾ ਵੱਲੋਂ ਜਿਸ ਤਰੀਕੇ ਦੇ ਨਾਲ ਸਾਡੇ ਸਿੱਖ ਭਾਈਚਾਰੇ ਨੂੰ, ਉਹਨਾਂ ਦੀਆਂ ਭਾਵਨਾਵਾਂ ਨੂੰ, ਉਹਨਾਂ ਦੀ ਉਸ ਬੋਲੀ ਨੇ, ਉਸ ਉਹਨਾਂ ਦੇ ਸਟੇਜ ਤੋਂ ਕੀਤੇ ਹੋਏ ਭਾਸ਼ਣ ਨੇ ਦਰਦ ਪਹੁੰਚਾਇਆ ਹੈ, ਉਹਦੇ ਲਈ ਸਾਰਿਆਂ ਨੇ ਮਹਿਸੂਸ ਕੀਤਾ ਹੈ। ਸਮੁੱਚੀਆਂ 32 ਦੀਆਂ 32 ਜਥੇਬੰਦੀਆਂ ਨੇ ਔਰ ਉਹਦੇ 'ਤੇ ਨੋਟਿਸ ਲੈਂਦਿਆਂ ਇਹ ਫੈਸਲਾ ਲਿਆ ਜਿਹੜਾ ਹਰਿੰਦਰ ਲੱਖੋਵਾਲ ਜੀ ਨੇ ਆਪ ਜੀ ਦੇ ਸਾਹਮਣੇ ਰੱਖਿਆ ਹੈ ਕਿ ਉਹਨਾਂ ਨੂੰ 15 ਦਿਨ ਦੇ ਲਈ ਸਸਪੈਂਡ ਕਰ ਦਿੱਤਾ ਗਿਆ। ਉਹ ਬਿਲਕੁਲ ਸਟੇਜ 'ਤੇ ਨਹੀਂ ਜਾਣਗੇ, ਕਿਸੇ ਤਰ੍ਹਾਂ ਦੀ PC ਵਗੈਰਾ ਨਹੀਂ ਕਰਨਗੇ ਔਰ ਉਹ ਪੂਰੀ ਤਰ੍ਹਾਂ ਮਤਲਬ ਸਸਪੈਂਡ ਰਹਿਣਗੇ। ਅਗਲਾ ਜਿਹੜਾ ਉਸ ਤੋਂ ਬਾਅਦ ਸਾਡੀ ਮੀਟਿੰਗ ਹੋਈ ਹੈ ਸੰਯੁਕਤ ਕਿਸਾਨ ਮੋਰਚਾ ਦੀ ਜਨਰਲ ਬੋਡੀ ਦੀ, ਉਸ ਮੀਟਿੰਗ ਦੇ ਵਿੱਚ ਸਾਡਾ ਮੇਨ ਏਜੰਡਾ ਅੱਜ, ਕਿਉਂਕਿ ਸੰਸਦ ਚੱਲ ਰਹੀ ਹੈ, ਪਾਰਲੀਮੈਂਟ ਸਰਕਾਰ ਵੀ ਚਲਾ ਰਹੀ ਹੈ, ਪਾਰਲੀਮੈਂਟ ਤੁਹਾਡੇ ਪਿਆਰ ਤੁਹਾਡੇ ਸਹਿਯੋਗ ਦੇ ਸਦਕਾ ਆਪਣੀ ਕਿਸਾਨਾਂ ਦੀ ਵੀ ਪੈਰਲ ਚੱਲ ਰਹੀ ਹੈ। ਉਹਦੇ ਵਿੱਚ ਕੱਲ੍ਹ ਨੂੰ ਸਾਡਾ ਜਿਹੜਾ ਜਥਾ ਜਾਣਾ ਹੈ ਉਹ ਸਾਡੀਆਂ ਬੀਬੀਆਂ ਲੇਡੀਜ਼ ਜਾਣਗੀਆਂ, ਉਹਨਾਂ ਦੇ ਵਿੱਚੋਂ ਹੀ ਪ੍ਰੈਜ਼ੀਡੀਅਮ ਬਣਨੀ ਹੈ, ਚੁਣੀ ਜਾਣੀ ਹੈ ਔਰ ਉਹਦੇ ਵਿੱਚ ਇਹ ਪਹਿਲਾਂ ਤੋਂ ਹੀ ਤੈਅ ਹੈ ਕਿ 100 ਬੀਬੀਆਂ ਪੰਜਾਬ ਤੋਂ ਜਾਣਗੀਆਂ ਔਰ 100 ਅਦਰ ਸਟੇਟਸ ਤੋਂ ਸਾਰਿਆਂ ਵੱਲੋਂ ਮਤਲਬ ਭੇਜੀਆਂ ਜਾਣਗੀਆਂ। ਇਹ ਇੱਕ ਕ੍ਰਾਈਟੇਰੀਆ ਤੈਅ ਕੀਤਾ ਹੋਇਆ ਸਾਡੇ ਸੰਯੁਕਤ ਮੋਰਚਾ ਵੱਲੋਂ ਔਰ ਨਾਲ ਦੀ ਨਾਲ ਬੀਬੀਆਂ ਨੇ ਉੱਥੇ ਜਦੋਂ ਜਾਣਾ ਹੈ ਸਭ ਤੋਂ ਪਹਿਲਾਂ ਪ੍ਰੈਜ਼ੀਡੀਅਮ ਚੁਣੀ ਜਾਣੀ ਹੈ, ਉਸ ਤੋਂ ਬਾਅਦ ਇਹ ਬਰੀਫ ਕਿ ਕੀ ਸਾਡਾ ਏਜੰਡਾ ਹੈ, ਕੀ ਗੱਲ ਹੈ, ਕੀ ਬਾਤ ਹੈ, ਕਿਹਨੇ ਬੋਲਣਾ, ਕੀ ਕਰਨਾ ਹੈ, ਉਹ ਆਪ ਜੀ ਦੇ ਸਾਹਮਣੇ ਉਹ ਸਾਡੀ ਪ੍ਰੈਜ਼ੀਡੀਅਮ ਰੱਖੇਗੀ। ਉਸ ਤੋਂ ਬਾਅਦ ਸੰਸਦ ਸ਼ੁਰੂ ਹੋਏਗੀ ਅਤੇ ਉਹ ਸਾਰੀ ਸੰਸਦ ਦੀ ਦਾ ਕਾਰਵਾਈ ਚੱਲਣ ਤੋਂ ਬਾਅਦ ਫਿਰ ਮਤਲਬ ਫੈਸਲਾ ਲਿਆ ਗਿਆ ਕਿ ਲਾਸਟ ਦੇ ਉੱਤੇ ਕਿਸ ਤਰ੍ਹਾਂ ਦੀ ਸੰਸਦ ਰਹੀ, ਕੀ ਏਜੰਡੇ ਵਿਚਾਰੇ ਗਏ, ਕੀ ਹੋਇਆ, ਉਹ ਸਾਰਾ ਦਾ ਸਾਰਾ ਫਿਰ ਤੁਹਾਨੂੰ PC ਦੇ ਵਿੱਚ ਸ਼ਾਮ ਨੂੰ ਉਹ ਸਾਰਾ ਤੁਹਾਡੇ ਸਾਹਮਣੇ ਰੱਖਿਆ ਜਾਏਗਾ। ਇਹ ਪ੍ਰੋਗਰਾਮ ਹੈ ਔਰ ਸਾਡੀਆਂ ਬੀਬੀਆਂ ਦਾ ਜਿਹੜਾ ਏਜੰਡਾ ਹੈ ਉਹ ਹੈ ਐਸੈਂਸ਼ੀਅਲ ਕਮੋਡਿਟੀ ਐਕਟ, ਜ਼ਰੂਰੀ ਵਸਤਾਂ ਦੇ ਕਾਨੂੰਨ ਦੇ ਵਿੱਚ ਕੀਤੇ ਹੋਏ ਜਿਹੜੇ ਸਾਡੀ ਸੈਂਟਰ ਗੌਰਮੈਂਟ ਅਮੈਂਡਮੈਂਟ ਕਰਕੇ ਲੋਕਾਂ ਦੀ ਜੇਬ 'ਤੇ ਕਿਸ ਤਰ੍ਹਾਂ ਦਾ ਬੋਝ ਪੈਣਾ, ਕੀ ਨੁਕਸਾਨ ਹੋਣਾ, ਘਰਾਂ ਨੂੰ ਕਿਵੇਂ ਸੱਟ ਮਾਰਨੀ ਹੈ, ਇਸ ਕਾਨੂੰਨ ਨੇ ਉਹ ਸਾਰਾ ਉੱਥੇ ਤੁਹਾਡੇ ਸਾਹਮਣੇ ਆਪਣੀ ਸੰਸਦ ਦੇ ਜ਼ਰੀਏ ਜਿਹੜੀ ਸਾਡੀ ਸਰਕਾਰ ਵੱਲੋਂ ਚਲਾਈ ਜਾ ਰਹੀ ਪਾਰਲੀਮੈਂਟ ਆ ਤੁਹਾਡਾ ਮਾਧਿਅਮ ਦੇ ਰਾਹੀਂ ਉਹਦੇ ਵਿੱਚ ਪਹੁੰਚਾਉਣ ਦੀ ਕੋਸ਼ਿਸ਼ ਕਰਨਗੀਆਂ ਔਰ ਉੱਥੇ ਸਾਡਾ ਮੁੱਦਾ ਫਿਰ ਤੁਹਾਡੇ ਜ਼ਰੀਏ
जाएगा उठेगा वो सारा प्रयास की है और ये साढ़ा दो दिन लिए चलेगा कल भी और परसों भी साड़ी इतने बहस है जी एसेंशियल कमोडिटी एक्ट के उत्ते होनी है। उस तो बाद कल तो परसों तो बाद चौथे तो पंजवें दो दिन के लिए जी बहस होनी है वो कॉन्ट्रैक्ट फार्मिंग एक्ट के उत्ते होनी है। वो सारे आप मतलब नोट कर लियो वो पता लग जाएगा कि कौन कौन लोग जाणगे तुहाडे सामने कल तिकर ये भी आ जाएगी कि किहड़े लोग उत्थे इन्हां गल्लां नूं रखणगे तुहाडे सामने समय समय के मुताबिक आउंदी रहेगी गल। सो ये साडा मतलब अज दा फैसला होया। सैकंड यह है कि जिहड़ा साडे प्रबंधां दे विच जिन्नी कि घाटां रहियां उन्हां नूं असीं अज दी मीटिंग दे विच सुधारन की कोशिश की है। कोशिश होएगी कि बहुत वधिया प्लैंड वे दे नाल इह संसद साडी नेपरे चढ़े और आप सारे यत्नशील हैं कि इनू आप ठीक ढंग ना करिए। बाकी जो अगली गल है वो युद्धवीर जी तुहाडे सामने तुहाडे नाल सांझी करनगे यूपी तो। युद्धवीर जी सभी साथियों का मैं स्वागत करता हूँ। आज जैसा हमारे अध्यक्ष जी ने डल्लेवाल जी ने बताया कल के बारे में आज मुख्य तौर पे चर्चा थी क्योंकि ये बड़ी ऐतिहासिक घटना है। किसान संसद महिला किसानों द्वारा चलाई जाएगी कल और एक बहुत महत्वपूर्ण मुद्दा आवश्यक वस्तु अधिनियम पे चर्चा होनी। आवश्यक वस्तु अधिनियम का आप सभी को पता है पूर्व में हमारे यहाँ देश में एक कालाबाजारी को रोकने के लिए एक कानून था, मात्रात्मक प्रतिबंध था, एक मात्रा से ज़्यादा कोई भी व्यापारी अपने यहाँ स्टोरेज नहीं कर सकता था किसी उसका। लेकिन सरकार ने जिस तरह से उस प्रतिबंध को हटाया, सरकार ने अपनी जिस तरह से मनसा जाहिर की है, उन्होंने अपने चहेते व्यापारियों को जिनके माध्यम से ये सरकार जिनकी चंदाखोरी से ये सरकार चुनाव जीतती है उनका एहसान उतारने के लिए उन्होंने इस कानून को हटाया। इस पे सबसे ज़्यादा असर उत्पादक और उपभोक्ता दोनों मरेंगे इससे। ये एक ऐसा कानून है जो फसल को पैदा करता उसको भी उससे नुकसान होने वाला है और उसके बाद जब उसके गोदाम भर जाएंगे तो वो उपभोक्ता की गर्दन को दबाएगा अपने गोदामों की अनाज की माध्यम से। तो ये आम आदमी से जुड़ा गरीब से जुड़ा हुआ मुद्दा है। इसमें किसान हो मजदूर हो कोई मझोले वर्ग के लोग हो तमाम लोगों पे इसका असर पड़ने वाला है। तो कल की जो चर्चा हमारी महिला संसद में वो बहुत ही महत्वपूर्ण मुद्दे पे होगी। ये जिम्मेवारी खास तौर पे महिलाओं को सौंपी गई है क्योंकि महिला जो है बजट घर का महिलाओं के माध्यम से ही जो है मैनेज किया जाता है। घर का जितना मैनेजमेंट है उसका संचालन महिलाएं करती हैं। तो इस बात को मद्देनजर रखते हुए कल का ये टॉपिक महिलाओं को दिया गया और इसी विषय पे जैसा डल्लेवाल जी ने बताया कि विस्तार से कल क्या चर्चा हुई वो शाम को ब्रीफिंग वहीं पे होगी, वहाँ बताया जाएगा कि आज क्या हुआ क्या निर्णय हमने लिया। ये अपने तरह का एक अनूठा प्रयोग किसानों द्वारा किया गया। आप सब लोग थे वहाँ दो दिन आपने देखा और कल तीसरा दिन देखेंगे तो अपने आप में यूनिक होगा। केवल महिलाएं पूरा संचालन करेंगी और टॉपिक पे जो है वो अपना पक्ष को उजागर करेंगी। तो मैं समझता हूँ कि कल का जो सत्र है वो एक विशेष सत्र होने वाला है और उसके रिजल्ट निकल के आएंगे। धन्यवाद। हरियाणा वाले दूध बन गया। सभी को नमस्कार। ऐतिहासिक सत्र होने वाला है। आपने संसद देखी, आपने संसद के बाहर संसद देखी और कल आप महिला संसद देखी। महिला संसद का मेन टॉपिक दिया गया है जरूरी वस्तु अधिनियम। तो हमारी सब महिलाएं उसी टॉपिक पे अच्छे से तैयारी करके आएंगी और दिखाएंगी कि महिला को हर चीज की नॉलेज है, वो घर मैनेज करने से लेके और समाज को मैनेज करना और बिजनेस को मैनेज करना भी जानती है। तो कल महिला संसद जरूर देखें और शामिल। धन्यवाद। सारे नु सत श्री अकाल। 22 तारीख नु पार्लियामेंट एक अंदर चल रहा सी, एक साडे किसाना वालों पार्लियामेंट बाहर चल रहा सी। उसे नंदरों मीनाक्षी लेखी जी का एक बयान आ रहा है कि बाहर मोबाइल बैठे हुए हैं। असी औरतों वालों सारिया जो मोर्चे शामिल है
असी निखेधी करते हैं मीनाक्षी लेखी का और कल भी असी सारिया औरतां जो खिलाफ़ जरूर नारे लावांगे जो उन्होंने साडे किसानां नूं यह कहा गया कि बाहर मोबाली बैठे हुए है। एक जो कि संयुक्त मोर्चे के वालों किसी बाहर देशों विदेशों के किसी संयुक्त मोर्चे को मान्यता नहीं दी। सो बाकी आगू साहबान ने गल रखी है संयुक्त किसान मोर्चे वालों बाहर जो किसी भी जो साडे भावें आगू साहबान होन उन्होंने संयुक्त किसान मोर्चे दे विच कोई जगह नहीं दिती गई। और नाल दी नाल मैं ये भी गल साफ कर देवां कि जो साडे पंजाब दे विच जो कुछ हो रहा भावें असी विप जारी कीते सी और जिन्होंने 22 जुलाई दे पार्लीमेंट दे विच जिहड़े एम पी बोले ने वो ठीक है कानूनां दे विरोध विच बोले ने और जिहड़े नहीं बोले उन्हां दा लेखा जोखा संयुक्त किसान मोर्चा जरूर करेगा। और विप जारी करना सब तो पहला कदम सी दुनिया दे विच साडा कि वोटर विप जारी एक पहलकदमी सीगी। पर मैं समझदा भी जिहड़े एम पी अजे भी बिल्कुल इस गल तो अन्याण होकर बैठे हुए ने वो बिल्कुल इन्हां कानूनां की विरोधता नहीं कर रहे और संयुक्त किसान मोर्चा उन्हां दा निंदिया करदा पूरी विरोधता करदा। उन्हां लोकां नूं याद होना चाहिए कि उन्होंने साडे पिंडां विच्चों शहरां विच्चों वोटां लैके एम पी बने सी अज कुर्सियां ते बैठ के अन्नदाते नूं और साडे संतकार लोकां नूं वपारियां नूं दुकानदारां नूं भुल चुके ने। यह गल्लां ध्यान विच रख के उन्हां नूं इन्हां कानूनां दा कटवां विरोध करना चाहिए तां करके उस सदन दे विच जिहड़ी किसानां दी वध तों वध चर्चा हो सके ते ये कानून जल्दी तो जल्दी रद्द हो सकन। हुण मेरे आगू साहबान जंगवीर सिंह चौहान वो तुहाडे सामने गलबात रखन। मीडिया वाले साडे सारे साथियों का धन्यवाद। जिस तरह मेरे वीर ने वोटर विप की गल की है पार्लीमेंट सैशन चलन तो पहला संयुक्त किसान मोर्चे वालों वोटर विप जारी किया गया कि जिन्हें भी साडे संसद मैंबर आ वह गैर हाजिर ना हो बकायदा तौर पर अंदर बाइकाट कर इन्हां बिलों के खिलाफ आवाज़ उठाउण जिहड़े नहीं उठाउणगे जां गैर हाजिर रहणगे उन्हां दा जवाब लोग पिंडां दे विच जदों जाणगे आप लैणगे। पर साडे नवें बने कांग्रेस के पंजाब प्रधान जदों संसद चल रही सी संसद के काम वाला दिन सी उस दिन उन्होंने ताजपोशी का जिहड़ा एक समागम रख गया लिया गया इहदे पैरलर ताजपोशी की जिन्हें संसद मैंबर सी उस समागम दे विच पहुँचे जिथे कि पिछले 8 महीनों तो किसान सड़कों पर बैठे हुए आ 550 के किसान करीब शहीद हो गए आ उन्हां दा दर्द उन्हां नूं नहीं दिसिया। एक उन्होंने सिर्फ पंजाब प्रधान बनने ते एक ताजपोशी का जिहड़ा समागम ज़्यादा जरूरी समझिया। इत्थों यह पता लगता कि इन्हां नूं किसानां दी कोई चिंता नहीं जिहड़े वोटर विप असीं जारी कीता सी वोटर आपे ही पिंडां दे विच जदों ये संसद मैंबर जाणगे इन्हां तों इहदा जवाब आप लै लैणगे। नाल दी नाल सिद्धू साहब ने एक बयान दिता कि प्यासा खूह दे कोल आउंदा इन्हां दे दिमाग दा ये वहम आ कि हुण जिहड़ा प्यासा खूह दे कोल आऊगा इह जिहड़ा मोर्चा लग्गिया होया ये वड्डा समुंदर बन चुकिया आ इहदियां लहरां दा हाले तक कोई नहीं पता किधर नूं जांदियां आ पर इहदी डूंघाई भी नापी नहीं जा सकती। ये जिहड़ियां राजनीतिक पार्टियां अज गल कर रही आ ये लहरां इहदी डूंघाई जिहड़ी आ इहनां नूं अपने विच समो लैणगियां इहनां दा रिजल्ट इहनां नूं बाद च पता लगेगा। इहो जिहे जिहड़ियां बयानबाजियां करनियां इहनां राजनीतिक लोकां वास्ते ठीक नहीं। जेकर वोटर विप जारी कीता सी उत्ते इन्हां नूं स्टैंड करना चाहीदा सी। धन्नवाद। नाल दी नाल इक गल होर जोड़नी चाहुंदे आ जिस तरह अज रोजू सिंह मान साहब नूं 15 दिन वास्ते सस्पेंड किया और सारे आगू साहबानां नूं इस गल तों वार्निंग दित्ती गई है भी कोई भी आगू साहबान
ਸ਼ੁੱਧ ਕਿਸਾਨ ਮੋਰਚੇ ਦੇ ਮੈਂਬਰ ਆਗੂ ਜਾਂ 32 ਜਥੇਬੰਦੀਆਂ ਦੇ ਆਗੂ ਨੇ ਉਹ ਸਟੇਜ ਤੋਂ ਕਿਸੇ ਤਰ੍ਹਾਂ ਦਾ ਵੀ ਭੜਕਾਊ ਭਾਸ਼ਣ ਨਾ ਦੇਣ। ਇਹ ਬਿਲਕੁਲ ਬੰਦ ਕੀਤਾ ਜਾਵੇ। ਸਾਡਾ ਮਨੋਰਥ ਕੇਵਲ ਕਾਨੂੰਨ ਰੱਦ ਕਰਾਉਣਾ ਔਰ MSP ਦੇ ਉੱਪਰ ਮਾਨਤਾ ਦਿਵਾਉਣੀ, ਸਾਡਾ ਇਹ ਸਭ ਤੋਂ ਵੱਡਾ ਮਨੋਰਥ ਹੈ। ਮੋਰਚਾ ਸਭ ਤੋਂ ਵੱਡਾ, ਬਾਕੀ ਚੀਜ਼ਾਂ ਬਹੁਤ ਛੋਟੀਆਂ ਨੇ। ਹੁਣ ਅਸੀਂ ਸਮਾਪਤੀ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਐਨੀ ਕੁਐਸਚਨ? ਬਾਪੂ ਹਰਦੀਪ ਸਿੰਘ ਡਿਲੂਆ ਨੇ ਇੱਕ ਨਵੀਂ ਜਥੇਬੰਦੀ ਬਣਾਈ ਹੈਗੀ ਆ, ਕਹਿੰਦੇ ਕਿ SKM ਦੀ ਇਸ ਮੋਰਚੇ ਦੀ ਮਜ਼ਬੂਤੀ ਲਈ ਮੈਂ ਜਥੇਬੰਦੀ ਬਣਾਈ ਆ। ਉਹ ਅੱਜ ਆਏ ਵੀ ਹੈਗੇ ਆ ਸੁਲਤਾਨਪੁਰ ਲੋਧੀ ਤੋਂ, ਗੁਰਦੁਆਰਾ ਬੇਰ ਸਾਹਿਬ ਤੋਂ ਕਾਫਲਾ ਲੈ ਕੇ। ਸੋ ਉਹ ਆਪਣੀ ਹਮਾਇਤ ਦੇਣਾ ਚਾਹੁੰਦੇ ਆ, ਤੁਸੀਂ ਉਹਨਾਂ ਦੀ ਹਮਾਇਤ ਲੈਣਾ ਚਾਹੋਗੇ ਜੇ ਉਹ ਚਾਹਣ ਕਿ ਉੱਥੇ ਸੰਸਦ ਤੱਕ ਜਿਹੜਾ ਮਾਰਚ ਜਾਂਦਾ ਸਵੇਰੇ ਉਹਨਾਂ ਦਾ ਵੀ ਕੋਈ ਨੁਮਾਇੰਦਾ ਜਾਵੇ ਤੁਹਾਡੇ ਨਾਲ? ਦੇਖੋ, ਇਹ ਬਹੁਤ ਸੀਰੀਅਸ ਮੈਟਰ ਹੈ। ਉਹਨਾਂ ਨੇ ਜੋ ਜਥੇਬੰਦੀ ਬਣਾਈ ਹੈ ਉਹਦਾ ਇਹ ਵੀ ਮੈਨੂੰ ਪਤਾ ਲੱਗਿਆ ਹੈ ਕਿ ਉਹ ਪੋਲੀਟੀਕਲ ਮੋਟਿਵ ਹੈ। ਅਗਰ ਪੋਲੀਟੀਕਲ ਮੋਟਿਵ ਦੇ ਨਾਲ ਕੋਈ ਜਥੇਬੰਦੀ ਬਣਦੀ ਹੈ, ਔਰ ਅੱਜ ਨਵੀਂ ਜਿਹੜੀ ਜਥੇਬੰਦੀ ਬਣਦੀ ਹੈ ਉਹਨੂੰ ਮੇਰਾ ਖਿਆਲ ਹੈ ਹਜੇ ਤੱਕ ਸੰਯੁਕਤ ਮੋਰਚਾ ਅਲਾਓ ਨਹੀਂ ਕਰੇਗਾ, ਕਿਉਂਕਿ ਅਸੀਂ ਬੜਾ ਫੂਕ ਫੂਕ ਕੇ ਕਦਮ ਰੱਖ ਰਹੇ ਹਾਂ। ਸਾਰੇ ਹੀ ਰਿਸਪੈਕਟੇਬਲ ਨੇ, ਸਾਰੇ ਹੀ ਧੰਨਵਾਦ ਹੈ ਸਾਰਿਆਂ ਦਾ ਜਿਹੜੇ ਇਸ ਮੋਰਚੇ ਨੂੰ ਹਮਾਇਤ ਕਰਦੇ ਆ। ਉਹਨਾਂ ਸਾਰਿਆਂ ਦਾ ਅਸੀਂ ਸਤਿਕਾਰ ਕਰਦੇ ਹਾਂ। ਉਹ ਚਾਹੇ ਕਿਤੇ ਵੀ ਬੈਠੇ ਆ, ਬਾਹਰ ਬੈਠੇ ਆ, ਇੱਥੇ ਸਾਡੇ ਵਿੱਚ ਬੈਠੇ ਆ, ਸਾਰੇ ਰਿਸਪੈਕਟੇਬਲ ਨੇ। ਪਰ ਹਜੇ ਤੱਕ ਇਹ ਮੋਰਚੇ ਨੂੰ ਬਹੁਤ ਸੀਰੀਅਸਲੀ ਇਹਨਾਂ ਇਸ਼ੂਆਂ ਦੇ ਉੱਤੇ ਸੋਚ ਕੇ ਵਿਚਾਰ ਕੇ ਫੈਸਲੇ ਲੈਣ ਵਾਲਾ ਫੈਸਲਾ ਹੈ, ਇਹ ਐਡੀ ਛੇਤੀ ਫੈਸਲਾ ਨਹੀਂ ਲਿਆ ਜਾ ਸਕਦਾ। 26 ਜਨਵਰੀ ਨੂੰ 6 ਮਹੀਨੇ ਪੂਰੇ ਹੋ ਰਹੇ ਆ, ਔਰ ਉਸ ਦਿਨ ਨਵਰੀਤ ਦੀ ਗੋਲੀ ਲਾ ਕੇ ਮੌਤ ਵੀ ਹੁੰਦੀ ਹੈਗੀ ਆ। ਸੋ ਉਹਦੇ ਇੱਕ ਸਮਾਗਮ ਵੀ ਮਨਾਇਆ ਜਾ ਰਿਹਾ ਇੱਥੇ, 6 ਮਹੀਨੇ ਪੂਰੇ ਹੋ ਰਹੇ ਆ। ਸੋ ਸਿਵ ਕਿਸਾਨ ਮੋਰਚਾ ਵੀ ਕੀ ਉਹਨਾਂ ਨੂੰ ਕੁਛ ਸ਼ਰਧਾਂਜਲੀ ਵਗੈਰਾ ਭੇਟ ਕਰੂਗਾ? ਦੇਖੋ, ਇੱਕ ਨਹੀਂ ਹੈ, ਸਾਡੇ ਮੋਰਚੇ ਦੇ ਬਹੁਤ ਸ਼ਹੀਦ ਹੈ, ਇਕੱਲਾ ਨਵਰੀਤ ਨਹੀਂ। ਅੱਜ ਤੱਕ ਸਾਡੇ ਲਗਭਗ 540 ਦੇ ਕਰੀਬ ਸ਼ਹੀਦ ਹੋ ਚੁੱਕੇ ਆ। ਉਹ ਸਾਰੇ ਸਾਡੇ ਲਈ ਰਿਸਪੈਕਟੇਬਲ ਨੇ। ਕਿਸੇ ਵੀ ਤਰੀਕੇ ਦੇ ਨਾਲ ਕਿਸੇ ਵੀ ਵਿਅਕਤੀ ਦੀ ਸ਼ਹਾਦਤ ਹੋਈ ਹੈ, ਉਹ ਸਾਰੇ ਹੀ ਸਾਡੇ ਸਤਿਕਾਰਯੋਗ ਨੇ। ਸਾਰਿਆਂ ਦਾ ਅਸੀਂ ਸਨਮਾਨ ਕਰਦੇ ਹਾਂ, ਔਰ ਅਸੀਂ ਸਮੇਂ ਸਮੇਂ 'ਤੇ ਉਹਨਾਂ ਸਾਰਿਆਂ ਨੂੰ ਸ਼ਰਧਾਂਜਲੀ ਭੇਟ ਕਰਦੇ ਰਹਿੰਦੇ ਹਾਂ। ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਦੋਂ ਸੰਯੁਕਤ ਮੋਰਚਾ ਫੈਸਲਾ ਲਏਗਾ ਉਹਨਾਂ ਸਾਰਿਆਂ ਨੂੰ ਫਿਰ ਮਤਲਬ ਸਨਮਾਨਿਤ ਕਰਾਂਗੇ। ਇਹ ਕਿਹਾ ਜਾਂਦਾ ਕਿ ਪੱਤਰਕਾਰਾਂ ਨੂੰ ਕਿਹਾ ਜਾਂਦਾ ਕਿ ਤੁਸੀਂ ਮੋਰਚੇ ਤੋੜਨ ਵਾਲੀ ਗੱਲ ਕਰਦੇ ਹੋ, ਦੇਖੋ ਇਹ ਨਹੀਂ ਦੇਖਿਆ ਜਾਂਦਾ ਵੀ ਜਦੋਂ ਆਗੂ ਕੋਈ ਕਹਿ ਦੇ ਫਿਰ ਉਹਨੂੰ ਉਹਨਾਂ ਦਾ ਮੂੰਹ ਚੁੱਕ ਲਿਆ ਜਾਂਦਾ ਹੈ। ਫੈਸਲਾ ਤੁਸੀਂ ਅੱਜ ਲੈ ਲਿਆ, ਸਸਪੈਂਡ ਕਰਤਾ, ਪਰ ਉਹ ਬੰਦੇ ਜਿਹੜੇ ਫੇਸਬੁੱਕ ਚਲਾਉਂਦੇ ਨੇ ਉਹ ਦੱਸਦੇ ਨੇ ਕਿ ਅਸੀਂ ਯੂਨੀਅਨ ਦੇ ਵਿੱਚੋਂ ਆਏ ਹਾਂ। ਮੈਨੂੰ ਉਹਦਾ ਜਵਾਬ ਦੇ ਲਾਂਗੇ, ਤੁਹਾਡਾ ਵੀ ਜਵਾਬ ਤਕਰੀਬਨ ਸੇਮ ਵਿੱਚ ਹੀ ਆਜੂਗਾ। ਦੇਖੋ, ਅੱਜ ਜਿਹੜਾ ਫੈਸਲਾ ਲਿਆ, ਕੋਈ ਘੱਟ ਗਿਣਤੀ ਬਹੁ ਗਿਣਤੀ ਨਾਲ ਫੈਸਲਾ ਨਹੀਂ ਹੋਇਆ, ਸਰਬਸੰਮਤੀ ਦਾ ਫੈਸਲਾ ਹੈ ਕਿ ਰੁਲਦੂ ਸਿੰਘ ਮਾਨਸਾ 15 ਦਿਨ ਦੇ ਲਈ ਸਸਪੈਂਡ ਹੈ, ਉਹ ਸਾਰਿਆਂ ਨੇ ਲਿਆ। ਅਤੇ ਜੇ ਸਾਰੀਆਂ ਜਥੇਬੰਦੀਆਂ ਨੇ ਫੈਸਲਾ ਲਿਆ, ਉਹਨਾਂ ਦੀ ਆਪਣੀ ਜਥੇਬੰਦੀ ਨੇ ਵੀ ਇਹ ਲਿਆ ਕਿ ਅਸੀਂ ਆਪਣੇ ਤੌਰ ਦੇ ਉੱਤੇ ਵੀ ਉਹਦੇ ਖਿਲਾਫ਼ ਐਕਸ਼ਨ ਲਵਾਂਗੇ, ਤਾਂ ਫਿਰ ਮੈਨੂੰ ਲੱਗਦਾ ਕਿ ਜਥੇਬੰਦੀਆਂ ਵੱਲੋਂ ਤਾਂ ਅਜਿਹੀਆਂ ਕਾਲਜ ਆਉਣੀਆਂ ਪੋਸੀਬਲ ਹੀ ਨਹੀਂ। ਜੇ ਕੋਈ ਕਰ ਰਿਹਾ ਹੈ ਤਾਂ ਫਿਰ ਕੋਈ ਆਪਣੇ ਵਾਕਿਆ ਤੁਹਾਡੇ ਅਤੇ ਸਾਡੇ ਪਿਆਰ ਨੂੰ, ਤੁਹਾਡੇ ਸਾਡੇ ਸਹਿਯੋਗ ਨੂੰ ਸੱਟ ਮਾਰਨ ਵਾਸਤੇ ਕਰ ਰਿਹਾ ਹੈ ਜੀ, ਕੋਈ ਗੱਲ ਨਹੀਂ। ਤੁਸੀਂ ਸਾਡੇ ਹੋ, ਤੁਸੀਂ ਮੋਰਚੇ ਦੀ ਰਾਖੀ ਕਰ ਰਹੇ ਹੋ, ਅਸੀਂ ਤੁਹਾਡੇ ਨਾਲ ਹਾਂ। ਹੋਰ ਕੁਛ ਤੋਂ ਬਾਅਦ 15 ਅਗਸਤ ਆ ਰਹੀ ਹੈ, ਉਸ ਤੋਂ ਬਾਅਦ ਤੋਂ ਕਿਸ ਤਰ੍ਹਾਂ ਦੇਖਦੇ ਹੋ ਕਿ ਦੁਬਾਰਾ ਉਹ ਰਾਇਤ ਨਹੀਂ ਜਾਏਗਾ 26 ਜਨਵਰੀ ਲੱਗ ਗਿਆ? ਹਾਂ, ਦੇਖੋ, ਅੱਜ ਜਿਹੜੀ ਤੁਸੀਂ ਗੱਲ ਕਹੀ ਹੈ ਵੀ ਦੁਹਰਾਇਆ ਨਹੀਂ ਜਾਏਗਾ, ਬਿਲਕੁਲ ਪੋਸੀਬਿਲਟੀ ਨਹੀਂ ਹੈ ਅਜਿਹੀ ਕਿਸੇ ਗੱਲ ਦੀ। ਤੁਸੀਂ ਦੇਖਿਆ ਹੈ ਕਿ ਅਗਰ ਕੋਈ ਅਜਿਹੀ ਘਟਨਾ ਹੋਣੀ ਹੁੰਦੀ ਜਾਂ ਕਰਨੀ ਹੁੰਦੀ ਇਹਨਾਂ ਲੋਕਾਂ ਨੇ ਜਿਹੜੇ ਬਾਰਡਰਾਂ 'ਤੇ ਬੈਠੇ ਆ, ਤਾਂ ਅਸੀਂ ਸੰਸਦ ਵੱਲ, ਇੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿਸਾਨ ਸੰਸਦ ਵੱਲ ਜਾ ਸਕਦੇ ਸੀ, ਨਹੀਂ ਨਾ ਗਏ, ਸਭ ਸਬਰ ਨਾਲ ਬੈਠੇ ਆ। 200 ਦਾ ਜਥਾ ਭੇਜ ਰਹੇ ਹਾਂ, ਉਹ ਸਾਰੀਆਂ ਹੀ ਜਿਹੜੀਆਂ ਘਟਨਾਵਾਂ ਘਟੀਆਂ ਨੂੰ ਧਿਆਨ 'ਚ ਰੱਖ ਕੇ ਸਾਰੀਆਂ ਗੱਲਾਂ ਤੋਂ ਪੂਰੀ ਤਰ੍ਹਾਂ ਸਤਰਕ ਰਹਿੰਦੇ ਹੋਏ, ਸੁਚੇਤ ਰਹਿੰਦੇ ਹੋਏ ਆਪਾਂ ਇਹ ਕਰ ਰਹੇ ਹਾਂ, ਬਿਲਕੁਲ ਐਸੀ ਕੋਈ ਗੱਲ ਨਹੀਂ। ਆ ਇੱਕ
थोड़ा न्यूज 18 किसी चैनल तो कोई खबर आई है कि हरियाणा दे विच ट्रैक्टर रैली की जाएगी 15 अगस्त को, और वो हरियाणा वाले वीर इतने मीटिंग दे विच शामिल सी, ये बीबी बैठे ने, सारे ने एक मत हो के एक कहा है कि साडा किसी जथेबंदी का कोई प्रोग्राम नहीं। सो अजिहियां गल्लां बातां जिहड़ियां वो एक तरह का भड़का हट पैदा करने वास्ते कीतियां जा रही हैं। संयुक्त मोर्चे का कोई फैसला नहीं है जां कि असी कोई 15 अगस्त को टारगेट करके कोई प्रोग्राम करिए, कोई ऐसा अगर कोई संयुक्त मोर्चे करना चाहती है निजी तौर पर, देखो इट मीनस फिर जो संयुक्त मोर्चे का पार्ट है, जेकर संयुक्त मोर्चे का पार्ट वो बाहर निकल के कोई कम करता है तो वह अपने आप ही मनिया जाएगा कि संयुक्त मोर्चे ने किया। सो वो ज्यादा संयुक्त मोर्चे की मैंबरशिप छड़ के साइड से होकर करे जो करना है, अगर वो संयुक्त मोर्चे का मैंबर है संयुक्त मोर्चे के बच्चा किसी अजिही भी कोई भी एक्शन करने की अलाउ नहीं होएगा, तो मोर्चा फैसला करेगा की करना है आने वाला समय के बच्चे दिन पे आ सामने आज तक। उस खबर के ना यह भी कि ट्रैक्टर परेड करांगे ते नाल दी नाल किसी भी सियासी आगू नूं हरियाणा दे विच झंडा नहीं लाण देना है, तो सो ये गल कि क्योंकि मीटिंग दे विच जे मिलन बैठे है तो उन्होंने पता होगा जी ट्रैक्टर वाली तो परेड दे वाली गल हो ही नहीं, मेरा ख्याल हैगी कि झंडा नहीं लाण देना किसी, मेरा ख्याल है मीटिंग दे विच कोई ऐसी गल नहीं, पर बीबी बैठी है हरियाणा तो ने ये दस दें। हम संयुक्त मोर्चा के साथ हैं और मिलकर चलेंगे। विरोध जारी।